ਰਾਮ ਨੇ ਰਾਮ ਕਰ ਰਾਮ ਲੀਲਾ ਨਿਉ ਕੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ ਤਿਸ ਆਗੇ ਕੋਈ ਨਾ ਟਿਕੇ ਬੇਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾ ਸੰਤ ਸੰਗ ਗੁਣ ਗਾਇਆ ਇਹ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਏ ਨਿਉ ਕੇ ਰਾਮ ਨੇ ਰਾਮ ਕਰ ਰਾਮ ਲੀਤਾ ਪਰਸ ਰਾਮ ਦੇ ਮੋਢੇ ਤੇ ਕੁਹਾੜਾ ਹੈ ਇੱਕੀ ਵਾਰ ਪਰਸ ਰਾਮ ਨੇ ਖੱਤਰੀਆਂ ਦਾ ਨਾਸ਼ ਕੀਤਾ ਪ੍ਰਤਿਗਿਆ ਜੋ ਕਰ ਲਈ ਕਿ ਮੈਂ ਖੱਤਰੀ ਸੰਸਾਰ ਤੇ ਰਹਿਣ ਨਹੀਂ ਦੇਣ ਕਿਸੇ ਦੇ ਹੱਥ ਤਾਂ ਹੈ ਨਹੀਂ ਮਾਰਨਾ ਤੇ ਜਿਵਾਵਾਂ ਪਰ ਪਰਸ਼ੁਰਾਮ ਆਪਣੇ ਪਿਓ ਨੂੰ ਵੇਖ ਕੇ ਪ੍ਰਤਿਗਿਆ ਕੀਤੀ ਸੀ ਵੀ ਮੈਂ ਖੱਤਰੀ ਦਾ ਬੀਜ ਨਾਸ਼ ਕਰ ਦੇ ਸੰਸਾਰ 'ਚ ਖੱਤਰੀ ਨਾ ਹੋਣਗੇ ਨਾ ਕਿਸੇ ਨੂੰ ਦੁਖਾਣੇ ਕਿਉਂਕਿ ਇੱਕ ਦਿਨ ਸੰਸਰ ਬਾਹੂ ਜਮ ਦਗਨ ਘਰ ਹੋਏ ਪਰਾਹੁਣ ਚਾਰੀ ਆਇਆ ਸੰਸਰ ਬਾਹੂ ਰਾਜਾ ਇਹ ਖੱਤਰੀ ਸੀ ਨਾ ਬ੍ਰਾਹਮਣ ਸੀ ਜਮ ਦਗਨ ਸਨ ਦੋਵੇਂ ਸਾਂਢੂ ਇੱਕ ਭੈਣ ਵਿਆਹੀ ਗਈ ਰਾਜੇ ਨਾਲ ਇੱਕ ਵਿਆਹੀ ਗਈ ਰਿਸ਼ੀ ਦੇ ਨਾਲ ਕਿਉਂਕਿ ਮਾਂ ਜਣਦੀ ਸੱਤ ਪੁੱਤ ਤੇ ਭਾਗ ਨਾ ਦਿੰਦੀ ਵੰਡ ਭਾਗ ਨਹੀਂ ਬਣਾ ਸਕਦੀ ਮਾਂ ਜਨਮ ਦੇ ਸਕਦੀ ਇੱਕ ਰਾਜੇ ਨਾਲ ਵਿਆਹੀ ਗਈ ਇੱਕ ਰਿਸ਼ੀ ਨਾਲ ਵਿਆਹੀ ਗਈ ਉਹ ਜੰਗਲ ਵਿੱਚ ਬੈਠਾ ਚੌਂਪੜੀ ਪਾ ਕੇ ਉਹ ਰਾਜ ਮਹਿਲ ਵਿੱਚ ਰਹਿੰਦਾ ਇੱਕ ਦਿਨ ਸੈਰ ਸ਼ਿਕਾਰ ਨੂੰ ਰਾਜਾ ਆਇਆ ਉਸੇ ਜੰਗਲ ਵਿੱਚ ਇਧਰੋਂ ਰਾਣੀ ਨਾਉਣ ਗਈ ਹੈ ਉਧਰੋਂ ਰਿਸ਼ੀ ਦੀ ਘਰਵਾਲੀ ਜੋ ਰਾਣੀ ਦੀ ਸੱਕੀ ਭੈਣ ਸੀ ਨਦੀ ਤੇ ਪਾਣੀ ਲੈਣ ਆਈ ਦੋਵੇਂ ਭੈਣਾਂ ਮਿਲ ਗਈ ਉਹਨੇ ਕੱਪੜੇ ਰੱਖੇ ਉਹਨੇ ਕੜਾ ਚਾ ਰੱਖਿਆ ਤੇ ਗਲਵੱਕੜੀ ਪੈ ਗਈ ਮਿਲਾਪ ਵਿੱਚ ਵੀ ਅੱਖਾਂ ਛੰਚੂ ਹੁੰਦੇ ਇਹ ਦੁੱਖ ਵੇਲੇ ਵੀ ਅੱਖਾਂ ਰੋਂਦੀਆਂ ਨੇ ਸੁੱਖ ਵੇਲੇ ਵੀ ਰੋਂਦੀਆਂ ਨੇ ਪਰ ਦੋਵਾਂ ਜੂਆਂ ਦਾ ਬੜਾ ਫਰਕ ਹੈ ਜ਼ਮੀਨ ਅਸਮਾਨ ਦਾ ਦੁੱਖ ਦੇ ਹੰਝੂ ਮੁੱਕਦੇ ਨਹੀਂ ਤੇ ਸੁੱਖ ਦੇ ਦੋ ਚਾਰ ਦਸ ਵੀ ਆਉਂਦੇ ਹਨ ਨਿਸ਼ਾਨੀ ਦੱਸ ਕੇ ਤੇ ਫਿਰ ਬੁੱਲਾਂ ਤੇ ਮੁਸਕਰਾਹਟ ਆ ਜਾਂਦੀ ਫਿਰ ਰੋਣਾ ਮੁੱਕ ਜਾਂਦਾ ਫਿਰ ਪਿਆਰ ਦੀਆਂ ਮਿੱਠੀਆਂ ਗੱਲਾਂ ਚੇਤਾ ਹੀ ਨਾ ਰਿਹਾ ਕਿੰਨਾ ਚਿਰ ਹੋ ਗਿਆ ਆਖੀਰ ਯਾਦ ਆਇਆ ਮੈਂ ਤੇ ਨਾਉਣ ਆਈ ਸਾਂ ਉਹਨੇ ਆਖਿਆ ਮੈਂ ਪਾਣੀ ਲੈਣ ਆਈ ਸਾਂ ਭੈਣ ਤੁਸੀਂ ਕਿੱਧਰ ਉਹਨੇ ਆਖਿਆ ਮੈਂ ਇਕੱਲੀ ਨਹੀਂ ਮੇਰਾ ਘਰ ਵਾਲਾ ਸੈਰ ਸ਼ਿਕਾਰ ਨੂੰ ਇਸੇ ਜੰਗਲ ਵਿੱਚ ਆਇਆ ਤੇ ਤੂੰ ਉਹਨੇ ਆਖਿਆ ਸੀ ਤੇ ਰਹਿੰਦੇ ਹੀ ਇਸੇ ਜੰਗਲ ਵਿੱਚ ਆਹ ਝੁੱਗੀ ਸਾਹਮਣੇ ਸਾਡੀ ਹੈ ਪਰ ਭੈਣ ਸੰਜੋਗਾਂ ਦਾ ਮਿਲਾਪ ਹੈ ਜੇ ਕੱਲ੍ਹ ਦੀ ਰੋਟੀ ਅਸਾਂ ਗਰੀਬਾਂ ਦੇ ਘਰ ਜਿਉਂ ਜਿਹੀ ਹੈ ਉਹਨੇ ਆਖਿਆ ਰੋਟੀ ਤੈਨੂੰ ਪਤਾ ਨਹੀਂ ਵੀ ਸਾਡੇ ਨਾਲ ਲਸ਼ਕਰ ਕਿਤਨਾ ਕਿਤਨੀ ਅਕਦੀ ਰੋਟੀ ਆਖੀ ਉਹਨੇ ਆਖਿਆ ਜਿਤਨੇ ਹੋ ਅਸੀਂ ਹਾਂ ਤੇ ਗਰੀਬ
ਗਰੀਬੀ ਵੇਸ਼ ਵਿੱਚ ਰਹਿੰਦੇ ਹਾਂ, ਕਿਉਂਕਿ ਹੁਕਮ ਹੈ ਨਾ ਰੱਖ ਗਰੀਬੀ ਵੇਸ਼। ਪਰ ਤੈਨੂੰ ਪਤਾ ਨਹੀਂ, ਤੂੰ ਸਮਝਦੀ ਹੋਵੇਂਗੀ ਭੈਣ ਕਿ ਮੇਰਾ ਰਾਜਾ ਹੀ ਬੜੀ ਸਮਰੱਥਾ ਵਾਲਾ ਹੈ, ਪਰ ਮੇਰਾ ਪਤੀ ਵੀ ਬੜੀ ਸਮਰੱਥਾ ਵਾਲਾ। ਜਣਾਉਂਦਾ ਨਹੀਂ, ਦੱਸਦਾ ਨਹੀਂ ਕਿਸੇ ਨੂੰ, ਪਰ ਮੈਨੂੰ ਤਾਂ ਪਤਾ। ਤੂੰ ਕੱਲ ਦਾ ਪ੍ਰਸ਼ਾਦਾ ਬੇਸ਼ੱਕ ਮੰਨ ਲੈ, ਔਰ ਜਿਸ ਵੇਲੇ ਤੂੰ ਰੋਟੀ ਖਾਵਣ ਆਵੇਗੀ, ਤੈਨੂੰ ਪਤਾ ਲੱਗੇਗਾ ਕਿ ਉਹ ਖਾਣੇ ਤੇ ਉਹ ਪਦਾਰਥ ਤੁਹਾਡੇ ਅੱਗੇ ਪਰੋਸੇ ਜਾਣਗੇ ਜੋ ਤੁਸਾਂ ਕਦੀ ਖਾਧੇ ਨਾ। ਸੁਣ ਸੁਣ ਕੇ ਗੱਲਾਂ ਹੈਰਾਨ ਹੋ ਗਏ। ਮੈਂ ਤਾਂ ਜਾਣਦੀ ਸਾਂ ਇਹ ਅਤ ਗਰੀਬ ਦੇ ਨਾਲ ਤੇਰੀ ਸ਼ਾਦੀ ਹੋਈ ਹੈ, ਜਿਸ ਨੂੰ ਰਹਿਣ ਜੋਗਾ ਮਕਾਨ ਹੀ ਨਹੀਂ, ਦੱਖਾਂ ਦੀ ਕੁੰਡੀ ਜੰਗਲ ਵਿੱਚ ਪਾ ਕੇ ਬੈਠਾ ਵਿਚਾਰਾ। ਉਹਨੇ ਆਖਿਆ ਨਹੀਂ, ਇਹ ਤਾਂ ਮੌਜ ਵਾਲੇ ਬੰਦੇ, ਸਮਰੱਥਾ ਵਾਲੇ ਬੰਦੇ, ਜਿਵੇਂ ਬਾਣੀ ਵਿੱਚ ਆਖਿਆ, ਦਾਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਇਹ ਨਿਰੰਕਾਰ, ਐਸੀ ਦਸ਼ਾ ਸਾਡੀ ਹੈ ਉੱਤੋਂ ਕਿ ਸਾਡਾ ਦਰਿਦਰ ਸਾਡੀ ਗਰੀਬੀ ਵੇਖ ਕੇ ਸਾਨੂੰ ਦਰਿਦਰ ਵੀ ਹੱਸਦਾ ਹੈ, ਗਰੀਬੀ ਵੀ ਮਖੌਲ ਕਰਦੀ ਹੈ। ਉਤੋਂ ਅਸੀਂ ਇਤਨੇ ਗਰੀਬ ਹਾਂ, ਪਰ ਅੰਦਰੋਂ ਅਸਤ ਦਸਾ ਸਿੱਧ ਕਰ ਤਲੇ, ਨੌ ਨਿੱਧੀ ਤੇ 18 ਸਿੱਧੀ ਮੁੱਠੀ ਵਿੱਚ ਹਨ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋਂ ਲੱਗਾ ਰੱਬ ਸੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ ਪ੍ਰਵਾਹ ਨਹੀਂ ਕਿਸੈ ਕੇਰੀ, ਬਾਜ ਸੱਚੇ ਨਾ। ਉਹਨੇ ਆਖਿਆ ਬਹਿਣ ਮਤ ਗਰੂਰ ਕਰਕੇ ਅਸੀਂ ਰਾਜੇ ਹਨ ਔਰ ਇਹ ਫਕੀਰ ਹਨ। ਮੇਰੇ ਪਤੀ ਦੀ ਸਮਰੱਥਾ ਦਾ ਮੈਨੂੰ ਪਤਾ ਹੈ, ਤੂੰ ਕੱਲ ਦਾ ਪ੍ਰਸ਼ਾਦਾ ਨਿਸੰਗ ਮੰਨ ਲੈ। ਉਹਨੇ ਆਖਿਆ ਬਹੁਤ ਅੱਛਾ। ਘਰ ਜਿਸ ਵੇਲੇ ਗਈ ਤਾਂ ਪਤੀ ਨੇ ਆਖਿਆ ਬੜੀ ਦੇਰ ਲਾਈ ਉਹ, ਕਹਿਣ ਲੱਗੀ ਭੈਣ ਮਿਲ ਗਈ ਸੀ। ਉਹ ਆਖੇ ਕੰਗਲੇ ਦੀ ਜਨਾਨੀ, ਉਹ ਰਿਸ਼ੀ ਦੀ ਘਰਵਾਲੀ ਆਖੇ, ਹਾਂ ਇਸੇ ਜੰਗਲ ਵਿੱਚ ਰਹਿੰਦੇ। ਪਰ ਸਵਾਮੀ, ਜਿਹਨੂੰ ਤੁਸੀਂ ਕੰਗਲਾ ਪਿਆ ਆਖਦੇ ਹੋ ਨਾ, ਭੈਣ ਦੱਸਦੀ ਸੀ ਕਿ ਉਹ ਤਾਂ ਬੜੀ ਸਮਰੱਥਾ ਵਾਲਾ, ਔਰ ਕੱਲ੍ਹ ਦਾ ਉਸਨੇ ਮੈਨੂੰ ਪ੍ਰਸ਼ਾਦਾ ਵੀ ਮਨਾ ਲਿਆ। ਕਿੱਡੀ ਮੂਰਖ ਹੈ ਤੂੰ, ਪ੍ਰਸ਼ਾਦ ਮਨ ਆਈ ਹੈ, ਜਿਹਨਾਂ ਨੂੰ ਆਪ ਨੂੰ ਨਹੀਂ ਰੋਟੀ ਜੁੜਦੀ ਚੱਜਦੀ, ਸਾਨੂੰ ਕੀ ਖਵਾਉਣਗੇ। ਆਪ ਵਿਰਖਾਂ ਦੇ ਪੱਤੇ ਤੋੜ ਕੇ ਖਾਂਦੇ ਹਨ ਤੇ ਸਾਡੀ ਰੋਟੀ ਆਖਦੇ ਹਨ। ਤੂੰ ਉਹਨੂੰ ਦੱਸਿਆ ਨਾ ਵੀ ਅਸੀਂ ਇਕੱਲੇ ਨਹੀਂ, ਸਾਡਾ ਲਸ਼ਕਰ ਵੀ ਨਾਲ ਹੈ। ਉਹਨੇ ਆਖਿਆ ਬੇਸ਼ੱਕ, ਜਿਤਨੇ ਮਰਜ਼ੀ ਆਓ ਔਰ ਜੋ ਕੁਝ ਖਾਓਗੇ ਸਾਰੀ ਉਮਰ ਯਾਦ ਰੱਖੋਗੇ, ਫਿਰ ਵੀ ਤੂੰ ਅੱਛਾ ਨਹੀਂ ਸੀ। ਗਰੀਬ ਦਾ ਕੀ ਫੋਲ ਬਣਨਾ ਸੀ ਵਿਚਾਰੇ ਦਾ, ਕਿਸੇ ਤਰ੍ਹਾਂ ਟਾਲ ਛੱਡਦੀ, ਪਰ ਹੁਣ ਤਾਂ ਮੈਂ ਮੰਨ ਲਈ। ਜਿਸ ਵੇਲੇ ਰਿਸ਼ੀ ਦੀ ਘਰਵਾਲੀ ਘਰ ਪਹੁੰਚੀ ਤਾਂ ਰਿਸ਼ੀ ਨੇ ਆਖਿਆ ਬੜੀ ਦੇਰ ਲਾਈ ਗਈ। ਉਹਨੇ ਆਖਿਆ ਭੈਣ ਮਿਲ ਗਈ ਸੀ, ਉਹ ਰਾਜੇ ਦੇ ਘਰਵਾਲੀ ਆਖੇ, ਹਾਂ ਫਿਰ ਮੈਂ ਕੱਲ੍ਹ ਦੀ ਰੋਟੀ ਆ ਖਾਈ। ਕਹਿੰਦਾ ਫੋਲੀਏ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤੂੰ ਇਹ ਕੀ ਕੀਤਾ? ਇਹ ਮਾਨ ਮੱਥੇ ਰਾਜੇ ਕੋਈ ਕਬਾਹ ਚ ਨਿਕਲੇ, ਹੁਣ ਤਾਂ ਮੈਂ ਹੱਥ ਬੈਠੀ ਬਹੁਤ ਅੱਛੀ। ਅਗਲਾ ਦਿਨ ਹੋਇਆ, ਰਾਜਾ ਆ ਰਿਹਾ, ਰਾਜਿਆਂ ਦੀ ਚੜ੍ਹਤ, ਦੂਰੋਂ ਪਿਆ ਪਤਾ ਲੱਗੇ ਵੀ ਕੋਈ ਰਾਜਾ ਆਉਂਦਾ। ਘਰਵਾਲੀ ਨੇ ਆਖਿਆ ਸਵਾਮੀ ਫਿਰ ਕੋਈ ਕਰੋ ਪ੍ਰਬੰਧ, ਰਾਜਾ ਤਾਂ ਆ ਗਿਆ ਲਸ਼ਕਰ ਲੈ ਕੇ, ਤੁਸੀਂ ਹੁਣ ਤਾਂ ਕੋਈ ਪ੍ਰਬੰਧ ਹੀ ਨਹੀਂ ਕੀਤਾ। ਕਹਿਣ ਲੱਗਾ ਕਰਦੇ,
ਪ੍ਰਬੰਧ ਸਾਂ ਕੀ ਕਰਨਾ ਉਹ ਤੇ ਹੋਇਆ ਹੀ ਪਿਆ, ਕਰਨੇ ਨਾ ਪੜੇ ਦੇਵ ਆਗੇ ਰਚਦਰ, ਸਿਰਫ ਕਹਿਣਾ ਹੀ ਹੈ ਕਹਿ ਦਿਆਂਗੇ। ਜਿਸ ਵੇਲੇ ਰਾਜਾ ਹੋਰ ਨੇੜੇ ਆ ਗਿਆ, ਘਰਵਾਲੀ ਨੇ ਆਖਿਆ ਸਵਾਮੀ ਬੈਠੇ ਹੋ ਚੁੱਪ ਕਰਕੇ, ਮੈਂ ਉਸਨੂੰ ਦੱਸਿਆ ਸੀ ਕਿ ਤੁਸੀਂ ਕੋਈ ਖਿਆਲ ਨਾ ਕਰੋ, ਭਾਵੇਂ ਤੁਸੀਂ ਰਾਜੇ ਹੋ, ਬੜੀ ਸਮਰੱਥਾ ਸਮਝਦੇ ਹੋ ਆਪਣੀ, ਜਿਵੇਂ ਕਬੀਰ ਨੇ ਆਖਿਆ ਕਹਿਤ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ, ਤੁਮ ਗਰ ਲਾਖ ਕੋਟ ਅਸਵਸਤੀ ਹਮ ਗਰ ਏਕ ਮੁਰਾ। ਰਾਜੇ ਆਪਣੀ ਬੜੀ ਹਸਤੀ ਸਮਝਦੇ, ਪਰ ਭਗਤਾਂ ਨੂੰ ਪੁੱਛੋ, ਭਗਤਾਂ ਦੀ ਨਿਗਾਹ ਨਾਲ ਤੱਕੋ। ਸਾਹਿਬਾਣੀ ਵਿੱਚ ਆਖਦੇ ਨੇ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਮਾਇਆ ਰੰਗ ਕਸੁੰਭ ਖਿਨਮੈ ਲੈ ਜਾਵਣਾ। ਇਹ ਤਾਂ ਕਸੁੰਭ ਦਾ ਰੰਗ ਹੈ, ਕਸੁੰਭਾ ਕੱਚਾ ਰੰਗ, ਕੱਚਾ ਰੰਗ ਕਸੁੰਭ ਦਾ, ਪਾਣੀ ਤੋਤੇ ਥਿਰ ਨਾ ਰਹੋਈ। ਇਹ ਮਾਇਆ ਕੀ ਸੋਭਾ ਚਾਰ ਦਿਹਾਲ। ਰਾਜਾ ਜਿਸ ਵੇਲੇ ਹੋਰ ਨੇੜੇ ਆ ਗਿਆ ਤਾਂ ਘਰਵਾਲੀ ਨੇ ਹੱਥ ਚਾਂ ਜੜੇ, ਸਵਾਮੀ ਮੇਰੇ ਬੋਲ ਦੀ ਲਾਜ ਰੱਖੋ, ਮੈਂ ਆਖ ਬੈਠੀ ਹਾਂ। ਕੱਖਾਂ ਦੀ ਕੁੱਲੀ ਸੀ, ਦੇਖੀ ਬਾਹਰ ਆ ਗਿਆ, ਬਾਹਰ ਬੂਹੇ ਅੱਗੇ ਬਹਿ ਗਿਆ ਤੇ ਕਹਿੰਦਾ ਇੰਦਰ ਰਾਜਾ ਜਰਾ ਕਾਮ ਦੇਣ ਗਊ ਦੇ ਦੇ। ਅੰਦਰੋਂ ਆਵਾਜ਼ ਆਈ ਰਿਖੀ ਮੈਂ ਹਾਜ਼ਰ ਹਾਂ, ਕਾਮ ਦੇਣ ਗਊ ਉਹਨਾਂ ਦੇ ਵਸ ਹੈ। ਕਿਹਨਾਂ ਦੇ? ਕਾਮ ਦੇਣ ਹਰ ਹਰ ਗੁਣ ਗਾਉਂ, ਜਿਹੜੇ ਹਰੀ ਦੇ ਗੁਣ ਗਾਉਂਦੇ ਹਨ, ਕਾਮ ਦੇਣ ਗਊ ਸਦਾ ਉਹਨਾਂ ਦੇ ਕਿਲੇ ਬੱਧੀ ਰਹਿੰਦੀ। ਦੇਖੀ ਮੈਂ ਹਾਜ਼ਰ ਹਾਂ ਹੁਕਮ ਕਰ। ਉਹਨੇ ਆਖਿਆ ਰਾਜਾ ਆਇਆ ਘਰ ਰੋਟੀ ਖਾਵਣ, ਛੱਤੀ ਪਦਾਰਥ ਹੋਣ ਪਰ ਸਭ ਤੋਂ ਪਹਿਲਾਂ ਵਿਛਾਈ। ਅੰਦਰੋਂ ਆਵਾਜ਼ ਆਈ ਤੁਸੀਂ ਬਾਹਰ ਬੈਠੇ ਹੁਕਮ ਕੀਤੀ ਜਾਓ, ਜੋ ਕੁਝ ਆਖੋਗੇ ਅੰਦਰ ਮੌਜੂਦ ਹੋਵੇਗਾ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਦੇਣ, ਸੋ ਐਸਾ ਹਰ ਤਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨ। ਆਖਿਆ ਸਭ ਤੋਂ ਪਹਿਲਾਂ ਤਾਂ ਨੌਕਰ ਚਾਕਰ ਬਾ ਵਰਦੀ ਤੇ ਕੱਖਾਂ ਦੀ ਕੁੱਲੀ ਚੋਂ ਫਿਰ ਕਤਾਰ ਆਈ ਬਾਹਰ, ਕਿਤਨੇ ਨੌਕਰ ਚਾਕਰ ਸਨ। ਆਖਿਆ ਹੁਣ ਵਿਛਾਈਆਂ ਕੱਢੀ ਜਾ, ਦੂਰ ਤੱਕ ਵਿਛਾਈ ਕਰ ਦਿੱਤੀ। ਰਾਜਾ ਦੂਰੋਂ ਵੇਖ ਕੇ ਹੈਰਾਨ ਪਿਆ ਹੁੰਦਾ ਹੈ ਇਹ ਕੈਸੀਆਂ ਵਿਛਾਈਆਂ ਹਨ, ਇਹੋ ਜਿਹੀਆਂ ਵਿਛਾਈਆਂ ਤਾਂ ਕਦੇ ਮੇਰੇ ਮਹਿਲਾਂ ਵਿੱਚ ਵੀ ਨਹੀਂ ਵਿਛੀਆਂ। ਅਸਚਰਜ ਹੋ ਗਿਆ, ਰਾਣੀ ਵੱਲ ਤੱਕ ਕੇ ਕਹਿੰਦਾ ਮਾਲੂਮ ਹੁੰਦਾ ਤੇਰੀ ਗੱਲ ਸੱਚੀ ਹੈ, ਜੋ ਕੁਝ ਤੈਨੂੰ ਭੈਣ ਨੇ ਆਖਿਆ ਉਹਨੇ ਠੀਕ ਆਖਿਆ, ਇਹ ਤਾਂ ਕੋਈ ਬੜੀ ਸਮਰੱਥਾ ਦਾ ਮਾਲਿਕ ਹੈ। ਅਸੀਂ ਜਿਹਨਾਂ ਨੂੰ ਕੰਗਲੇ ਤੇ ਗਰੀਬ ਸਮਝਦੇ ਹਾਂ ਉਹ ਖਬਰ ਵੀ ਕਿੱਡੇ ਪਾਤਸ਼ਾਹ ਹਨ। ਸਾਹਿਬਾਦਿਨ ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਰਿਸ਼ੀ ਨੇ ਆਖਿਆ ਆਓ ਰਾਜੇ ਨੇ ਜੀ ਆਇਆਂ ਨੂੰ ਬੜੀ ਕਿਰਪਾ ਕੀਤੀ, ਆਓ ਬੈਠੋ। ਬਿਠਾਇਆ, ਰਾਜਾ ਦੇਖਦਾ ਇੱਕ ਕੱਖਾਂ ਦੀ ਕੁੱਲੀ ਹੈ, ਇਤਨਾ ਸਮਾਨ ਕਿੱਥੋਂ ਆ ਗਿਆ, ਕਿਤਨੇ ਨੌਕਰ ਚਾਕਰ ਬਾ ਵਰਦੀ। ਤਾਂ ਜੇ ਰਿਖੀ ਨੇ ਕੱਖਾਂ ਦੀ ਕੁੱਲੀ ਦੇ ਅੰਦਰ ਚਾਤੀ ਪਾ ਕੇ ਆਖਿਆ ਮਾਤਾ ਹੁਣ ਛੱਤੀ ਪਦਾਰਥ ਹੋਣ, ਆਵਾਜ਼ ਆਈ ਨੌਕਰ ਭੇਜੋ ਲੈ ਜਾਣ, ਜਿਹੜਾ ਅੰਦਰ ਜਾਵੇ ਪਦਾਰਥ ਚੁੱਕੀ ਆਵੇ। ਵਰਤ ਗਿਆ ਜਿਸ ਵੇਲੇ ਸਾਰਿਆਂ ਨੂੰ ਪਦਾਰਥ, ਤੇ ਰਿਖੀ ਨੇ ਆਖਿਆ ਛਕੋ ਰਾਜਨ
ਤੇ ਰਾਜੇ ਨੇ ਖਾਧੇ, ਕਦੇ ਐਸਾ ਸਵਾਦ ਨਹੀਂ ਸੀ ਆਇਆ। ਮਨ ਵਿੱਚ ਸੋਚਦਾ ਇਸ ਕੱਖਾਂ ਦੀ ਕੁੱਲੀ ਅੰਦਰ ਕੋਈ ਜਾਦੂ ਹੈ, ਭਲਾ ਵੇਖਾਂ ਤਾਂ ਸਹੀ ਹੈ ਕਿ ਅੰਦਰ ਚਾਤੀ ਪਾਈ ਤਾਂ ਇੱਕ ਗਊ ਖੜੋਤੀ ਹੈ। ਆਂਹਦਾ ਰਿਸ਼ੀ ਸੱਚ ਦੱਸੇ ਕਿਆ ਮਾਜਰਾ, ਇਤਨੇ ਪਦਾਰਥ ਇਸ ਕੱਖਾਂ ਦੀ ਕੁੱਲੀ ਦੇ ਅੰਦਰੋਂ ਆਏ ਹਨ ਤੇ ਅੰਦਰ ਕੁਝ ਹੈ ਨਹੀਂ, ਇੱਕ ਗਊ ਹੈ। ਉਹਨੇ ਆਖਿਆ ਇਹ ਕਾਮ ਤੇਨ ਗਊ ਹੈ, ਇਸ ਤੋਂ ਜੋ ਮੰਗੀਏ ਮਿਲਦਾ ਹੈ। ਰਾਜੇ ਦਾ ਮਨ ਲਲਚਾ ਗਿਆ, ਕਹਿੰਦਾ ਰਿਸ਼ੀ ਤੂੰ ਤੇ ਜੰਗਲ ਵਿੱਚ ਬੈਠਾ ਪੱਤੇ ਵਿਰਸ਼ਾਂ ਦੇ ਖਾ ਕੇ ਗੁਜ਼ਾਰਾ ਕਰਨ ਵਾਲਾ, ਤੈਨੂੰ ਕੀ ਲੋੜ ਹੈ ਕਾਮ ਦੇਣ ਦੀ, ਇਹ ਕਾਮ ਦੇਣ ਗਊ ਮੈਨੂੰ ਦੇ ਦੇ। ਉਹਨੇ ਆਖਿਆ ਰਾਜਨ ਮੈਂ ਦੇ ਨਹੀਂ ਸਕਦਾ, ਮੈਂ ਤਾਂ ਮੰਗ ਕੇ ਲਈ ਹੈ, ਔਰ ਜਿਹਦੇ ਕੋਲੋਂ ਲਈ ਆ ਉਹਨੂੰ ਮੋੜਨੀ ਹੈ। ਕੋਈ ਹੁੰਦਾ ਦੁਨੀਆਦਾਰ ਤਾਂ ਬੇਈਮਾਨ ਹੋ ਜਾਂਦਾ ਵੀ ਇੱਕ ਵਾਰੀ ਲੈ ਲਈ ਹੈ, ਮੋੜਨ ਦੀ ਕੀ ਲੋੜ, ਜਿਹੜੀ ਸ਼ੈ ਕਬਜ਼ੇ ਵਿੱਚ ਆ ਜਾਵੇ ਆਪਣੀ ਹੈ। ਲਈ ਹੋਈ ਚੀਜ਼ ਦੇਣ ਵੇਲੇ ਬੰਦਾ ਸਮਝਦਾ ਮੈਨੂੰ ਘਾਟਾ ਪੈ ਗਿਆ, ਇਹ ਨਹੀਂ ਕਹਿੰਦਾ ਮੈਂ ਸੁਰਖਰੂ ਹੋਇਆ। ਤਾਂ ਬਾਣੀ ਵਿੱਚ ਆਖਦੇ ਨੇ ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਉਹ ਸੁੱਖ ਹੋਏ। ਜਿਹੜੀ ਸ਼ੈ ਤੇਰੇ ਕੋਲ ਅਮਾਨ ਹੈ ਉਹ ਦੇ ਕੇ ਸੁੱਖ ਮਨਾ, ਮਾਲਕ ਨਾ ਬਣ ਉਸ ਅਮਾਨ ਦਾ। ਮਾਲਕ ਬਣੇਗਾ ਬੇਈਮਾਨ ਖਵਾਏਗਾ, ਬੇਈਮਾਨਾਂ ਵਿੱਚ ਨਾਮ ਚੜ ਜਾਏਗਾ। ਇਸ ਵਾਸਤੇ ਇਮਾਨਦਾਰ ਰਹੋ, ਇਮਾਨ ਕਮਾ, ਬੇਈਮਾਨੀ ਨੇ ਨਾਲ ਨਹੀਂ ਜਾਣਾ, ਨਾਲ ਇਮਾਨ ਨੇ ਜਾਣਾ। ਰਿਸ਼ੀ ਨੇ ਕਿਹਾ ਮੈਂ ਸੁਰਖਰੂ ਹੋਣਾ, ਮੈਂ ਅਮਾਨਤ ਲਈ ਹੈ ਔਰ ਮੁੜ ਕੇ ਦੇਣੀ ਹੈ ਇੰਦਰ ਰਾਜੇ ਨੂੰ, ਤੈਨੂੰ ਕਿਵੇਂ ਦੇ ਦਿਆਂ। ਉਹਨੇ ਆਖਿਆ ਜੇ ਸਿੱਧੀ ਤਰ੍ਹਾਂ ਨਾ ਦੇਵੇਂਗਾ ਤਾਂ ਜ਼ੋਰ ਨਾਲ ਲਵਾਂਗਾ, ਕਿਵੇਂ ਤੂੰ ਲੈ ਲਵੇਂਗਾ। ਉਹਨੇ ਤਲਵਾਰ ਕੱਢ ਲਈ, ਇੱਕ ਹੱਥ ਨਾਲ ਗਊ ਦਾ ਰੱਸਾ ਫੜ ਲਿਆ। ਤੂੰ ਨਹੀਂ ਜਾਣਦਾ ਮੇਰਾ ਨਾਮ ਸੰਸਰ ਬਾਹੂ ਹੈ, ਮੈਂ ਦੋ ਬਾਹਾਂ ਵਾਲਾ ਹਾਂ, ਪਰ ਮੈਨੂੰ ਲੋਕੀ ਹਜ਼ਾਰ ਬਾਹਾਂ ਵਾਲਾ ਕਹਿੰਦੇ, ਮੇਰੀਆਂ ਦੋ ਬਾਹਾਂ ਵਿੱਚ ਵੀ ਹਜ਼ਾਰ ਬਾਹਾਂ ਦਾ ਬਲ ਹੈ। ਕੋਈ ਮੇਰੇ ਸਾਹਮਣੇ ਅੱਜ ਤਾਈਂ ਨਹੀਂ ਅੜਿਆ, ਜੋ ਅੜਿਆ ਉਹ ਮੈਂ ਜਾਣ ਸਕਿਆ। ਤੂੰ ਮੇਰਾ ਰਸਤਾ ਰੋਕ ਸਕਣਾ? ਰਿਸ਼ੀ ਨੇ ਆਖਿਆ ਹਾਂ, ਰੋਕ ਕੇ ਦੱਸ। ਤਾਂ ਰਿਸ਼ੀ ਨੇ ਆਖਿਆ ਮਾਤਾ ਤੂੰ ਜਿੱਥੋਂ ਆਈ ਹੈ ਚਲੀ ਜਾ। ਰੱਸਾ ਹੱਥ ਵਿੱਚ ਰਹਿ ਗਿਆ ਤੇ ਗਊ ਆਲੋਪ ਹੋ ਗਈ। ਰਿਸ਼ੀ ਨੂੰ ਐਡਾ, ਰਾਜੇ ਨੂੰ ਐਡਾ ਗੁੱਸਾ ਆਇਆ, ਉਹ ਤਲਵਾਰ ਜਿਹੜੀ ਹੱਥ ਵਿੱਚ ਸੀ ਨਾ ਫਿਰ ਉਹ ਚੱਲ ਗਈ, ਚੱਲ ਗਈ। ਤੇ ਸੰਸਰ ਬਾਹੂ ਰਾਜੇ ਨੇ ਜਮ ਦਗਨ ਰਿਸ਼ੀ ਦਾ ਸਿਰ ਲਾ ਦਿੱਤਾ। ਹੁਣ ਰਿਸ਼ੀ ਦੀ ਘਰਵਾਲੀ, ਭੈਣ ਦਾ ਮਿਲਾਪ, ਕਈ ਮਿਲਾਪ ਸਾਨੂੰ ਸੁਖਦਾਈ ਹੁੰਦੇ ਹਨ, ਕਈ ਮਿਲਾਪ ਦੁਖਦਾਈ ਹੁੰਦੇ ਹਨ। ਇਸ ਵਾਸਤੇ ਮਿਲਾਪ ਜੁਦਾਈ ਅਸੀਂ ਆਪ ਨਾ ਮੰਗੀਏ, ਜਿਵੇਂ ਵਾਹਿਗੁਰੂ ਕਰੇ ਤਿਵੇਂ ਰਾਜੀ ਰਹੇ। ਕੱਲ ਕਿਤਨੀ ਪ੍ਰਸੰਨ ਸੀ, ਭੈਣ ਮਿਲੀ ਹੈ ਰੋਟੀ ਆਖੀ ਹੈ, ਅੱਜ ਹੁਣ ਤੱਕ ਕਿਤਨੀ ਖੁਸ਼ ਸੀ ਬਈ ਭੈਣ ਦਾ ਗਰੂਰ ਚੂਰ ਹੋ ਗਿਆ। ਪਰ ਹੁਣ ਉਹੀ ਰੇਣਕਾ ਜਮਦਗਨ ਰਿਸ਼ੀ ਦੀ ਘਰਵਾਲੀ ਤੇ ਪਰਸ਼ੁਰਾਮ ਦੀ ਮਾਤਾ, ਪਰਸ਼ੁਰਾਮ ਨੂੰ ਵੀ ਸ਼ਾਸਤਰ ਵਿੱਚ ਅਵਤਾਰ ਲਿਖਿਆ, ਛੀ ਕਲਾ ਦਾ ਅਵਤਾਰ। ਅਵਤਾਰਾਂ ਵਿੱਚ ਕਲਾ ਹੁੰਦੀਆਂ ਹਨ, ਕਿਸੇ ਵਿੱਚ ਕਿਤਨੀਆਂ ਕਿਸੇ ਵਿੱਚ ਕਿਤਨੀਆਂ, ਪਰਸ਼ੁਰਾਮ ਵਿੱਚ ਛੀ ਕਲਾ ਲਿਖੀਆਂ ਹਨ। ਕਿ ਗਿਆ ਸੀ ਕਿਸੇ ਗੁਫਾ ਵਿੱਚ ਤਪੱਸਿਆ ਕਰਨ ਵਾਸਤੇ, ਮਾਂ ਨੇ ਆਖਿਆ ਪੁੱਤਰ ਤੂੰ ਚੱਲੇ ਕਦੋਂ ਆਏਗਾ? ਕਹਿੰਦਾ ਮਾਂ ਜਦੋਂ ਯਾਦ ਕਰੇਗੀ ਆ ਜਾਂ। ਹੁਣ ਜਿਸ ਵੇਲੇ ਐਡਾ ਦੁੱਖ ਆਣ ਬਣਿਆ, ਪਤੀ ਦਾ ਸਾਇਆ ਸਿਰ ਤੋਂ ਉੱਠ ਗਿਆ, ਉਸ ਵੇਲੇ ਰੇਣਕਾ ਪਿੱਟੀ,
ਦੋਥੜ ਮਾਰਿਆ ਸਿਰ ਤੇ ਆਖਿਆ ਇਹ ਪੁੱਤਰ ਪਰਸ਼ਰਾਮ। ਬਾਈ ਸਾਹਿਬ ਆਖਦੇ ਨੇ ਸੰਸਰ ਬਾਹੂ ਜਮ ਦਗਨ ਘਰ ਹੋਏ ਪਰਾਹੁਣ ਚਾਰੀ ਆਇਆ ਤੇ ਜਿਸ ਵੇਲੇ ਪਾਣਾ ਵਰਤ ਗਿਆ ਤਾਂ ਪਿੱਟ ਦੀ ਸੁਣ ਕੇ ਰੇਣਕਾ ਪਰਸ਼ਰਾਮ ਧਾਈ ਕਰ ਆਇਆ। ਮਾਂ ਨੂੰ ਪਿੱਟਦਿਆਂ ਜਿਸ ਵੇਲੇ ਪਰਸ਼ਰਾਮ ਨੇ ਗੁਫਾ ਵਿੱਚ ਬੈਠੀਆਂ ਸੁਣਿਆ ਉਸੇ ਵੇਲੇ ਧਾਈ ਕਰਕੇ ਆਇਆ ਤੇ ਆਣ ਕੇ ਕੀ ਦਿੱਠਾ ਕਿ ਪਿਤਾ ਦੇ ਦੋ ਟੁਕੜੇ ਹੋ ਚੁੱਕੇ, ਮਾਂ ਵਿਧਵਾ ਹੋ ਚੁੱਕੀ ਹੈ। ਇਹ ਪਾਣਾ ਕਿਵੇਂ ਵਰਤਿਆ ਤਾਂ ਉਸਨੇ ਸਾਰੀ ਕਥਾ ਸੁਣਾਈ। ਰਾਜਾ ਤਾਂ ਜਾ ਚੁੱਕਾ ਸੀ ਤੇ ਪਰਸ਼ਰਾਮ ਨੇ ਆਪਣੇ ਪਿਤਾ ਦਾ ਖੂਨ ਚੁੱਲੀ ਭਰ ਕੇ ਪ੍ਰਤਿਗਿਆ ਕੀਤੀ, ਆਖਿਆ ਪਿਤਾ ਮੈਂ ਤੇਰੇ ਖੂਨ ਦੀ ਕਸਮ ਖਾਂਦਾ ਹਾਂ ਮੈਂ ਧਰਤੀ ਉੱਤੇ ਖੱਤਰੀ ਨਹੀਂ ਰਹਿਣ ਦਿਆਂ। ਤਾਂ ਉਹਨੇ ਫਿਰ ਆਪਣੀ ਕਲਾ ਉਹ ਅਵਤਾਰੀ ਕਲਾ ਉਸਦੇ ਨਾਲ ਕੁਹਾੜਾ ਚੁੱਕਿਆ ਸਵਾ ਮਣ ਪੱਕੇ ਦਾ ਤੇ ਰਸਤੇ ਵਿੱਚ ਜਿਹੜਾ ਮਿਲਿਆ ਇੱਕੋ ਹੀ ਸਵਾਲ ਕੀਤਾ ਕੌਣ ਹੈ ਜਿਹਨੇ ਆਖਿਆ ਮੈਂ ਖੱਤਰੀਆਂ ਸਿਰ ਲਾ ਕੇ ਪਾਸੇ। ਇਸੇ ਤਰ੍ਹਾਂ ਇੱਕੀ ਵਾਰੀ ਖੱਤਰੀਆਂ ਦਾ ਨਾਸ ਕੀਤਾ ਤੇ ਬ੍ਰਾਹਮਣਾਂ ਨੂੰ ਰਾਜ ਦਿੱਤਾ ਤੇ ਰਾਜ ਬ੍ਰਾਹਮਣ ਸੰਭਾਲ ਨਾ ਸਕੇ। ਸਤਿ ਸ੍ਰੀ ਅਕਾਲ ਬੋਲੋ ਸ੍ਰੀ ਰਾਜ ਹੁੰਦਾ ਜ਼ੋਰ ਦਾ, ਰਾਜ ਨਿਮਰਤਾ ਨਾਲ ਨਹੀਂ ਚੱਲਦੇ, ਰਾਜ ਹੱਥ ਜੋੜੀਆਂ ਨਹੀਂ ਚੱਲਦੇ, ਰਾਜ ਦਲੀਲਾਂ ਨਾਲ ਨਹੀਂ ਚੱਲਦੇ, ਰਾਜ ਹਿੰਮਤ ਨਾਲ ਚੱਲਦੇ ਹਨ। ਇਹ ਜਿਹਦੀਆਂ ਬਾਹਾਂ ਵਿੱਚ ਬਲ ਹੋਵੇਗਾ ਰਾਜ ਉਸੇ ਦਾ ਸੀ। ਸਾਸਰੀ ਬੋਲੋ ਸ੍ਰੀ ਇੱਕੀ ਵਾਰੀ ਖੱਤਰੀਆਂ ਦਾ ਨਾਸ ਕਰਕੇ ਪਰਸ਼ਰਾਮ ਨੇ ਰਾਜ ਬ੍ਰਾਹਮਣਾਂ ਨੂੰ ਦਿੱਤਾ। ਮੁੜ ਵੀ ਖੱਤਰੀ ਫਲਦੇ ਫੁਲਦੇ ਗਏ ਤੇ ਜਦੋਂ ਵੀ ਕੋਈ ਖੱਤਰੀ ਉੱਠਿਆ ਉਸਨੇ ਰਾਜ ਸੰਭਾਲ ਲਿਆ। ਅੱਜ ਫਿਰ ਪਰਸ਼ਰਾਮ ਸਮਾਧੀ ਚੋਂ ਉੱਠਿਆ, ਕੁਹਾੜਾ ਮੋਢੇ ਤੇ ਧਰਿਆ, ਮੁਦਤ ਹੋ ਗਈ ਹੈ ਹੁਣ ਫਿਰ ਖੱਤਰੀਆਂ ਦੇ ਖੂਨ ਦਾ ਪਿਆਸਾ ਹੈ ਮੇਰਾ ਕੁਹਾੜਾ। ਤੇ ਅੱਗੋਂ ਕੌਣ ਮਿਲ ਗਏ? ਰਾਮ ਜੀ, ਰਾਮ ਜੀ ਮਿਲ ਗਏ। ਨਿਉਂ ਕੇ ਰਾਮ ਨੇ ਰਾਮ ਕਰ ਰਾਮ ਲੀਤਾ। ਪਰਸ਼ਰਾਮ ਨੇ ਸਵਾਲ ਕੀਤਾ ਕੌਣ ਹੈ? ਆਂਦੇ ਨੇ ਖੱਤਰੀ। ਤਾਂ ਠਹਿਰ ਗਿਆ, ਚੰਗਾ ਮਹੂਰਤ ਹੋਇਆ, ਸਭ ਤੋਂ ਪਹਿਲਾਂ ਖੱਤਰੀ ਮਿਲਿਆ। ਸਿਰ ਝੁਕਾ ਮੇਰੇ ਖੂਨ ਦੀ, ਮੇਰੇ ਕੁਹਾੜੇ ਦੀ ਤਾਰ ਤੇਰੇ ਖੂਨ ਦੀ ਪਿਆਸੀ ਹੈ। ਲਕਸ਼ਮਣ ਨੂੰ ਗੁੱਸਾ ਆ ਗਿਆ, ਹੋਵੇ ਕੌਣ ਐਡਾ ਗੁਸਤਾਖ, ਏਡੀ ਬੇਅਦਬੀ ਕਰਨ ਵਾਲਾ ਰਾਮ ਨੂੰ ਇਹ ਗੱਲ ਆਖੇ। ਉਹਨੇ ਪੱਥੇ ਚੋਂ ਤੀਰ ਖਿੱਚਿਆ ਪਰ ਰਾਮ ਨੇ ਸਹਿਨਤ ਕੀਤੀ, ਲਕਸ਼ਮਣ ਤੇਰੇ ਤੀਰ ਨਾਲ ਨਹੀਂ ਮਰੇਗਾ। ਇਸ ਵਿੱਚ ਵੀ ਅਵਤਾਰੀ ਕਲਾ, ਬੜੀ ਤਪੱਸਿਆ ਕਰਕੇ ਆਇਆ। ਤਾਂ ਰਾਮ ਜੀ ਨੇ ਹੱਥਾਂ ਜੋੜੇ, ਪ੍ਰਭੂ ਆਪ ਬ੍ਰਾਹਮਣ ਹੋ ਨਾ? ਹਾਂ। ਫਿਰ ਮੈਂ ਖੱਤਰੀ ਹਾਂ, ਮੇਰਾ ਧਰਮ ਹੈ ਬ੍ਰਾਹਮਣ ਪੂਜਣਾ। ਅਸੀਂ ਤੁਹਾਨੂੰ ਚੁੱਕਦੇ ਆਏ ਹਾਂ, ਹੁਣ ਵੀ ਚੁੱਕੇ ਹਾਂ, ਅੱਗੋਂ ਵੀ ਚੁੱਕਦੇ ਰਹਾਂਗੇ। ਮੈਨੂੰ ਸਿਰ ਦਾ ਸਰਫਾ ਨਹੀਂ, ਸਿਰ ਤੁਹਾਡੇ ਕਦਮਾਂ ਤੇ ਹੁਣੇ ਹੀ ਤਰਦਾ ਹਾਂ, ਪਰ ਇੱਕ ਵਾਰੀ ਚਰਨਾਂ ਨੂੰ ਨਮਸਕਾਰ ਕਰ ਲੈਣਗੇ, ਚਰਨਾਂ ਨੂੰ ਹੱਥ ਲਾ ਲੈਣਗੇ। ਬੜੀ ਹੈਂਕੜ ਨਾਲ ਪਰਸ਼ੁਰਾਮ ਨੇ ਪੈਰ ਅਗਾਂਹ ਕੀਤਾ, ਫਿਰ ਛੇਤੀ ਕਰ, ਇੱਕ ਮੱਥਾ ਮੈਂ ਤੇਰਾ ਸਿਰ ਲਾਵਾਂ। ਰਾਮ ਜੀ ਨੇ ਨਿਉਂ ਕੇ ਪਰਸ਼ੁਰਾਮ ਦੇ ਪੈਰਾਂ ਤੇ ਜਿਸ ਵੇਲੇ ਹੱਥ ਰੱਖਿਆ ਤੇ ਨਾਲ ਛੁਆਇਆ ਆਪਣਾ ਸ਼ੀਸ਼, ਫਿਰ ਨਿਉਂ ਕੇ ਰਾਮ ਨੇ ਰਾਮ ਕਰ ਰਾਮ ਲੀਤਾ। ਸਾਰੀ ਸ਼ਕਤੀ ਖਿੱਚ ਲਈ, ਨਿਮਰਤਾ ਨਾਲ ਦੂਜੇ ਦੀ ਸ਼ਕਤੀ ਆਪਣੇ ਵਿੱਚ ਆ ਜਾਂਦੀ ਹੈ। ਟਿੱਬੇ ਤੇ ਮੀਂਹ ਪਿਆ ਪਰ ਪਾਣੀ ਸਾਰਾ ਰੁੜ ਗਿਆ ਨੀਵੇਂ ਪਾਸੇ, ਅਜੇ ਵੀ ਨੀਵੇਂ ਪਾਸੇ ਤੁਰਿਆ ਜਾਂਦਾ।
ਨਿਮਰਤਾ ਵਾਲੇ ਹਿਰਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ, ਇਸ ਸ਼ਕਤੀ ਅੱਗੇ ਕੋਈ ਵਿਕਾਰੀ ਹੰਕਾਰੀ ਠਹਿਰ ਨਹੀਂ ਸਕਦਾ। ਆਖਿਆ ਨਿਉ ਕੇ ਰਾਮ ਨੇ ਰਾਮ ਕਰ ਰਾਮ ਲੀਤਾ, ਜਿਸ ਵੇਲੇ ਪੈਰੀਂ ਹੱਥ ਲਾਇਆ ਪਰਸ਼ੁਰਾਮ ਦੇ ਹੱਥੋਂ ਕੁਹਾੜਾ ਡਿੱਗ ਪਿਆ। ਰਾਮ ਜੀ ਨੇ ਆਖਿਆ ਪ੍ਰਭੂ ਚੁੱਕੋ ਕੁਹਾੜਾ, ਮੇਰਾ ਸਿਰ ਇੰਤਜ਼ਾਰ ਵਿੱਚ ਹੈ, ਚਲਾਓ ਕੁਹਾੜਾ। ਉਹਨੇ ਆਖਿਆ ਕਿਹਦੇ ਕਿਹੜੇ ਬਲ ਨਾਲ ਚਲਾਵਾਂ, ਹੱਥਾਂ ਵਿੱਚ ਸਤਾ ਹੀ ਨਹੀਂ ਰਹੀ ਕੁਹਾੜਾ ਚੁੱਕਣ ਦੀ। ਫਿਰ ਇੱਕ ਨੇ ਜੁਰਮ ਕੀਤਾ ਤੇ ਇਤਨੇ ਮਾਰੇ, ਤੁਸੀਂ ਅਵਤਾਰੀ ਕਲਾ ਨੂੰ ਕਿਵੇਂ ਵਰਤਿਆ ਏਡੇ ਹੰਕਾਰ ਵਿੱਚ? ਇਹ ਅਵਤਾਰੀ ਕਲਾ ਇਸ ਵਾਸਤੇ ਨਹੀਂ ਮਿਲਦੀਆਂ, ਇਹ ਤਾਂ ਸੰਸਾਰ ਦਾ ਭਲਾ ਕਰਨ ਵਾਸਤੇ ਮਿਲਦੀਆਂ, ਔਰ ਜਿਤਨਾ ਭਲਾ ਸੰਸਾਰ ਦਾ ਗੁਰੂ ਨਾਨਕ ਨੇ ਕੀਤਾ ਕਿਸੇ ਨੇ ਕੀਤਾ। ਜਿਤਨੀਆਂ ਕਲਾ ਨਿਰੰਕਾਰ ਦੀਆਂ ਸਨ ਗੁਰੂ ਨਾਨਕ ਵਿੱਚ, ਔਰ ਗੁਰੂ ਨਾਨਕ ਵਿੱਚ ਜਿਤਨੀਆਂ ਕਲਾ ਸਨ ਸਾਰੀਆਂ ਕਲਾ ਨਾਲ ਜਗਤ ਜੀਵਾਂ ਦਾ ਭਲਾ ਕੀਤਾ। ਸਾਧ ਸੰਗਤ ਬੋਲੋ ਸ੍ਰੀ ਨਿਉ ਕੇ ਰਾਮ ਨੇ ਰਾਮ ਕਰ ਰਾਮ ਲੀਤਾ, ਲੈਣੇ ਪਾਈ ਗੁਰਿਆਈ ਨਿਮਰਤਾਈ ਕਰਕੇ। ਉਹ ਨਿਰੰਕਾਰ ਗੁਰੂ ਨਾਨਕ ਅਨੇਕ ਕਲਾ ਲੈ ਠਾਕੁਰ ਚੜਿਆ, ਕਿਸ ਤੇ ਰੀਝਿਆ? ਨਿਮਰਤਾ ਵਾਲੇ ਤੇ। ਇਸ ਵਾਸਤੇ ਦਿਲਾ ਉਤਰ ਹੰਕਾਰ ਦੇ ਕਿੰਗਰੇ ਤੋਂ, ਜੇ ਕੁਛ ਲੈਣਾ ਹੀ ਤਾਂ ਮਾਨ ਤਿਆਗ ਕਰ ਭਗਤ ਠਗਾ। ਦਿਲਾ ਉਤਰ ਹੰਕਾਰ ਤੇ